संयुक्त किसान मोर्चे दे सद्दे तहत अज सूबे भर अंदर भारतीय किसान यूनियन एकता उग्राहां वल्लों निजीकरण अते कारपोरेट विरोधी दिवस मनाया जा रहा है, जिस तहत अज रिहायशी शहर नाभा दे भाजपा आगू योगेश खत्री दे घर दे बाहर 154वां दिन जोरदार प्रदर्शन कीता, जिस विच औरतां नौजवानां अते बच्चियां ने वड्डी गिनती विच शमूलियत कीती है। ਅਤੇ ਕਿਸਾਨ ਆਗੂਆਂ ਵੱਲੋਂ ਬਲਾਕ ਪ੍ਰਧਾਨ ਹਰਮੇਲ ਸਿੰਘ ਤੁੰਗਾ ਦੀ ਅਗਵਾਈ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਮ ਪੱਤਰ SHO ਇੰਸਪੈਕਟਰ ਸੁਖਦੇਵ ਸਿੰਘ ਨੂੰ ਮੰਗ ਪੱਤਰ ਦਿੱਤਾ ਹੈ। ਤੁਸੀਂ ਕੀ ਕਹਿਣਾ ਚਾਹੁੰਦੇ ਹੋ? 110 ਦਿਨ ਦੇ ਕਰੀਬ ਹੋ ਗਏ ਅਜੇ ਤੱਕਰ ਕੇਂਦਰ ਸਰਕਾਰ ਜਾਗੀ ਨਹੀਂ, ਜਿਹੜਾ ਅੱਜ ਅਸੀਂ ਨਾਭੇ ਦੇ ਵਿੱਚ ਪੱਕਾ ਮੋਰਚਾ ਲਾਈ ਬੈਠੇ ਹਾਂ, ਤਕਰੀਬਨ 154ਵੇਂ ਦਿਨ ਦੇ ਵਿੱਚ ਸ਼ਾਮਿਲ ਹੋ ਚੁੱਕੇ ਹਾਂ। तो दिल्ली के बार्डर के उत्ते भी असं जो मोर्चा लाई बैठे वो भी 100 दिन टप चुके ने, पार हो चुके ने। पर जी मोदी सरकार का हैंकड़बाज रवैया वो सारे लोग जानते हैं। यह जे हाकमा का राज पहला भी कई बार आया, पर लोग ताकत अगे झुकना पैंदा हुंदा, झुकना पऊगा। अज मोदी ने देश नूं बर्बाद करन वाले पासे नूं चलिया होया मोदी आ। पेट्रोल ते डीजल दीआं कीमतां अज तक कदे सुनिया नहीं थी भी उरे तक पहुँच जाणगीआं, किसी ने सोचिया नहीं थी। असमानी कीमतां चढ़ चुकिया, 100 रुपये लीटर नूं जिहड़ा पेट्रोल आ टच हो चुके आ। लोकां नूं अज महंगाई की मार झलनी पै रही, रसोई गैस सिलेंडर बहुत महंगा हो चुका, 850-900 रुपए के लगभग सिलेंडर जा चुके आ। होर साडे घर दीआं वस्तां महंगीआं होईआं ने, उस संबंध दे विच इस देश की बर्बादी नूं रोकण वास्ते पूरे पंजाब दे विच अज मंग पत्र दिते जा रहे ने SDM साहब नूं, DC साहब नूं, तां जो मोदी तक सुनेहा पहुँचाया जा सके कि लोकां ने तैनूं बर्बाद करन वास्ते वोटां नहीं पाईआं, इस देश नूं बचाउण वास्ते पाईआं तीआं। देश बेचता, सारा कुछ बेचता, अज लोकां नूं बर्बाद करन ते तुली हुई सरकार आ। ਅਸੀਂ ਜਾਂ ਸਰਕਾਰਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ, ਇਹਨਾਂ ਨੂੰ ਕੋਈ ਹੱਕ ਨਹੀਂ ਹੈਗਾ ਇਹਦੇ 'ਤੇ ਬੈਠਣ ਵਾਸਤੇ। ਇਸ ਕਰਕੇ ਅਸੀਂ ਅੱਜ ਪੰਜਾਬ ਦੇ ਕੋਨੇ ਕੋਨੇ ਦੇ ਵਿੱਚ ਮੰਗ ਪੱਤਰ ਦੇ ਰਹੇ ਹਾਂ ਪੂਰੇ ਪੰਜਾਬ ਦੇ ਵਿੱਚ। ਜਿਹੜੇ 5 ਸੂਬਿਆਂ ਵਿੱਚ ਚੋਣਾਂ ਹੋ ਰਹੇ ਨੇ, ਕਿਸਾਨ ਜਥੇਬੰਦੀਆਂ ਪਹੁੰਚਿਆ, ਤੁਹਾਨੂੰ ਕੀ ਲੱਗਦਾ ਫਰਕ ਪਏਗਾ ਉਹਦੇ ਨਾਲ? ਬਹੁਤ ਵੱਡਾ ਫਰਕ ਪਏਗਾ, ਕਿਉਂਕਿ ਕਿਸਾਨ ਆਗੂ ਨੇ ਜਿਹੜੇ ਉਹ ਸਾਰੇ ਦੇਸ਼ਾਂ ਦੇ ਵਿੱਚ, ਸਾਰੇ ਸਟੇਟਾਂ ਦੇ ਵਿੱਚ ਪਹੁੰਚ ਚੁੱਕੇ ਨੇ, ਚਾਹੇ ਬੰਗਾਲ ਹੋਵੇ, ਚਾਹੇ ਰਾਜਸਥਾਨ ਹੋਵੇ, ਚਾਹੇ UP ਹੋਵੇ, MP ਹੋਵੇ, ਕੋਈ ਵੀ ਸਟੇਟ ਵਿਹਲੀ ਨਹੀਂ ਹੈਗੀ। ਉੱਥੇ ਪ੍ਰਚਾਰ ਦਿੱਤਾ, ਉੱਥੇ ਕਿਹਾ ਗਿਆ ਵੀ BJP ਨੂੰ ਵੋਟ ਨਹੀਂ ਦੇਣੀ, ਹੋਰ ਜਿਹਨੂੰ ਮਰਜ਼ੀ ਪਾਓ, ਹੋਰ ਨੂੰ ਅਸੀਂ ਨਹੀਂ ਰੋਕਦੇ, ਪਰ BJP ਵੋਟ ਦੀ ਹੱਕਦਾਰ ਨਹੀਂ। BJP ਨੇ ਇਸ ਦੇਸ਼ ਨੂੰ ਬਰਬਾਦ ਕੀਤਾ, ਦੇਸ਼ ਵੇਚਤਾ, ਅਤੇ ਬਹੁਤ ਵੱਡਾ ਫਰਕ ਪਊਗਾ। BJP ਦੀ ਬਹੁਤ ਵੱਡੀ ਹਾਰ ਹੋਣੀ ਆ, BJP ਜਿੱਤ ਨਹੀਂ ਸਕਦੀ। ਪਹਿਲਾਂ ਨਾਭੇ ਦਾ ਹਾਲ ਤੁਸੀਂ ਦੇਖ ਲਓ, ਇਹਨਾਂ ਨੇ ਕੈਂਡੀਡੇਟ ਖੜਾਏ ਨੇ, ਕਿਸੇ ਦੇ ਬਕਸ ਦੇ ਵਿੱਚੋਂ 50 ਵੋਟਾਂ ਨਹੀਂ ਨਿਕਲੀਆਂ, ਇੱਕ ਵੀ ਸੀਟ ਪ੍ਰਾਪਤ ਨਹੀਂ ਕਰਨ ਦਿੱਤੀ। ਇਸ ਤਰ੍ਹਾਂ ਪੂਰੇ ਪੰਜਾਬ, ਪੂਰੇ ਦੇਸ਼ ਦੇ ਵਿੱਚੋਂ ਮੋਦੀ ਦਾ ਸਫਾਇਆ ਹੋ ਗਿਆ, BJP ਦਾ ਸਫਾਇਆ ਹੋ ਗਿਆ, ਬਿਲਕੁਲ ਲੋਕ ਵੋਟ ਨਹੀਂ ਪਾਉਣਗੇ ਨਾ। ਅਤੇ ਕਣਕ ਦਾ ਸੀਜ਼ਨ ਵੀ ਆ ਰਿਹਾ, ਤੁਹਾਨੂੰ ਲੱਗਦਾ ਵੀ ਇਕੱਠੇ ਇਸੇ ਤਰ੍ਹਾਂ ਜਾਰੀ ਰਹੂਗਾ? ਕਣਕਾਂ ਵੀ ਸਾਡੇ ਤਾਂ ਕੰਮ ਆਉਣਗੇ, ਸਾਡੇ ਕੋਲ ਸਾਡੀ ਹੋਂਦ ਬਚੂਗੀ। ਇਸ ਕਰਕੇ ਸਾਨੂੰ ਅੱਜ ਕਣਕ ਦਾ ਫਿਕਰ ਨਹੀਂ, ਸਾਨੂੰ ਦੇਸ਼ ਬਚਾਉਣ ਦਾ ਫਿਕਰ, ਆਪਦੀ ਹੋਂਦ ਬਚਾਉਣ ਦਾ ਫਿਕਰ, ਸਾਡੀ ਨੌਜਵਾਨੀ ਬਚਾਉਣ ਦਾ ਫਿਕਰ। ਅੱਜ ਕਣਕਾਂ ਦਾ ਸਾਨੂੰ ਕੋਈ ਫਿਕਰ ਨਹੀਂ, ਇਵੇਂ ਜਿਵੇਂ ਭਰਮੇ ਇਕੱਠ ਰਹਿਣਗੇ ਅਤੇ ਅਸੀਂ ਲਗਾਤਾਰ ਇਹਨਾਂ ਧਰਨਿਆਂ ਦੇ ਵਿੱਚ ਡਟੇ ਰਹਾਂਗੇ। ਹਾਂਜੀ, ਅਸੀਂ ਆਪਣੇ ਭਾਈਆਂ ਨਾਲ, ਵੀਰਾਂ ਬਜ਼ੁਰਗਾਂ ਨਾਲ ਮੋਢੇ 'ਤੇ ਮੋਢਾ ਲਾ ਕੇ ਚੱਲਾਂਗੇ, ਦਿੱਲੀ ਵੀ ਜਾਵਾਂਗੇ, ਇੱਥੇ ਵੀ ਧਰਨੇ ਲਾਵਾਂਗੇ, ਪੂਰੇ ਜ਼ੋਰ ਦੇ ਧਰਨੇ ਲਾਵਾਂਗੇ, ਜਿੰਨਾ ਚਿਰ ਸਾਡੇ ਆਪਦਾ ਮੰਗਾਂ ਵਾਪਸ ਨਹੀਂ ਮੁੱਕਦੀਆਂ ਹੈਗੀਆਂ, ਅਸੀਂ ਇੱਥੇ ਧਰਨੇ ਲਾਵਾਂਗੇ। ਤੁਹਾਨੂੰ ਲੱਗਦਾ ਵੀ ਜਿਵੇਂ ਸੀਜ਼ਨ ਆ, ਕਣਕ ਦਾ ਸੀਜ਼ਨ ਵੀ ਵਿੱਚ ਹੀ ਹੈਗਾ, ਹੁਣ ਫਿਰ ਤੁਸੀਂ ਕਿਵੇਂ ਹੈਂਡਲ ਕਰੋਗੇ? ਕਣਕ ਦਾ ਸੀਜ਼ਨ ਵੀ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਕਰ ਦੇਣਾ, ਸਾਰੇ ਬਣਨਗੇ ਕੰਮ, ਸਾਰੇ ਬਣ ਜਾਣਗੇ। ਕਿਸਾਨਾਂ ਨੇ ਮੰਗ ਪੱਤਰ ਦਿੱਤਾ ਗਿਆ, ਇਸ ਵਿਸ਼ੇ ਨੂੰ ਲੈ ਕੇ ਦਿੱਤਾ ਅਤੇ ਅੱਜ ਕਿਸਾਨ ਭਰਾਵਾਂ ਵੱਲੋਂ ਅਤੇ ਕਿਸਾਨ ਬੀਬੀਆਂ ਵੱਲੋਂ ਇੱਥੇ ਰੋਸ ਵਜੋਂ ਕਾਫੀ ਭਾਰੀ ਇਕੱਠ ਕੀਤਾ ਗਿਆ। ਇਹਨਾਂ 'ਚ ਡੀਜ਼ਲ, ਪੈਟਰੋਲ ਅਤੇ ਰਸੋਈ ਗੈਸ ਦੀਆਂ ਜਿਹੜੀਆਂ ਕੀਮਤਾਂ 'ਚ ਵਾਧਾ ਹੋਇਆ ਉਹਨਾਂ ਦੇ ਵਿਰੋਧ 'ਚ, ਇਸ ਤੋਂ ਇਲਾਵਾ ਨਿੱਜੀਕਰਨ ਦੇ ਵਿਰੋਧ 'ਚ, ਅਤੇ ਇਸ ਤੋਂ ਇਲਾਵਾ ਜਿਹੜੇ ਸੈਂਟਰ ਸਰਕਾਰ ਵੱਲੋਂ ਹਾਲ ਹੀ ਵਿੱਚ ਕਾਨੂੰਨ ਪਾਸ ਕੀਤੇ ਗਏ ਨੇ ਕਿਸਾਨੀ ਨੂੰ ਲੈ ਕੇ, ਉਹਨਾਂ ਦੇ ਵਿਰੋਧ 'ਚ ਅੱਜ ਇਹਨਾਂ ਨੇ ਮੰਗ ਪੱਤਰ ਦਿੱਤਾ ਅਤੇ ਇਹਨੂੰ ਅਸੀਂ ਪ੍ਰਸ਼ਾਸਨ ਦੇ ਮਾਧਿਅਮ ਰਾਹੀਂ ਅੱਜ ਪਹੁੰਚਦਾ ਕਰਦੇ ਹਾਂ।